हाँ जी फ्रेंड्स, वेलकम बैक टू माय चैनल। आज मैं लेके आई हूँ जुड़ी वीडियो, तो मैं रिएक्शन करना है कौन है सब तो बहुत ज़बरदस्त, सिद्धू मूसेवाला या बब्बू मांझी, किनू तुसी वोट दोगे, दोवां चों कौन है बेस्ट, किहदी लाइव शो दे विच जिहड़े ने ऑडियंस हुंदे ने ज़्यादा, सो उन्हां दे ही जिहड़े ने फैनस उन्हां तों सुणदे आ उन्हां बारे कि कौन सब तो वध किनू वोट दिंदा है। सो तुसी भी दस्यो जे तुसी उन्हां दे फैन ते क्यों हो, उहदा भी रीज़न तुसी जरूर देना है। एंड तुसी जे मेरे चैनल ते नवे आए तो इस चैनल नूं सबसक्राइब जरूर कर दिओ, एंड नाल लगा बैल आइकन भी जरूर दबा दिओ तां जो मेरी आउण वाली वीडियो सा नोटिफिकेशन तुहाडे तक पहुँच सके। सो करदे हां वीडियो स्टार्ट, लेट्स गो। सिद्धू मूसेवाला या बब्बू मांझी? सिद्धू मूसेवाला। बब्बू भाई सिद्धू भी वधिया ने, दोने वधिया वा, सिंगर वा। ਸਿੱਧੂ ਮੂਸੇਵਾਲਾ। ਬੱਬੂ ਮਾਨ। ਕਿਤੇ ਬੱਬੂ ਮਾਨ ਜ਼ਿਆਦਾ ਵਧੀਆ ਲੱਗਦਾ ਜੀ। ਸਿੱਧੂ ਮੂਸੇਵਾਲਾ। ਸਿੱਧੂ ਮੂਸੇਵਾਲੇ ਦੇ ਗਾਣੇ ਮੱਚ ਬੈਟਰ ਹੈ ਬੱਬੂ ਮਾਨ ਤੋਂ। ਦੋਨੋਂ ਆਪਣੀ ਜਗ੍ਹਾ ਸਹੀ ਆ। ਬੱਬੂ ਮਾਨ ਦਾ ਕਹੂੰਗਾ ਭਾਈ। ਸਿੱਧੂ ਮੂਸੇਵਾਲਾ। ਜੀ ਸਿੱਧੂ ਮੂਸੇਵਾਲਾ ਜੀ। ਆਪਾਂ ਨੂੰ ਭਾਈ ਸਿੱਧੂ ਮੂਸੇਵਾਲਾ। ਕਿਉਂ? ਸਿੱਧੂ ਭਾਈ ਦੇ ਭਾਈ ਆਪਾਂ ਨੂੰ ਜਿੱਦਾਂ ਹੁਣ ਆਪਾਂ ਦੇਖ ਰਹੇ ਹਾਂ, ਜਦੋਂ ਤੋਂ ਵੀ ਉਹਨਾਂ ਦੇ ਸੌਂਗ ਆ ਰਹੇ ਆ, ਉਹਨਾਂ ਨੇ ਮਤਲਬ ਇੱਕੋ ਦਮ ਆਪਣੇ ਲੈਵਲ ਨੂੰ ਬਹੁਤ ਜ਼ਿਆਦਾ ਹਾਈ ਲੈ ਕੇ ਗਏ ਆ। ਜਿੱਦਾਂ ਪਹਿਲੇ ਗਾਣੇ 'ਤੇ ਉਹਨਾਂ ਨੇ ਇੱਕੋ ਦਮ ਧੱਕ ਜੀ ਪਾਤੀ ਮਤਲਬ ਇੰਡਸਟਰੀ 'ਚ, ਜਦੋਂ ਦੇ ਹੁਣ ਉਹਨਾਂ ਦੇ ਗਾਣੇ ਆ ਰਹੇ ਆਪਾਂ ਦੇਖਦੇ ਹਾਂ ਕਿ ਬਹੁਤ ਕਲਾਕਾਰ ਉਹਨਾਂ ਨੂੰ ਪਿੰਚ ਕਰਦੇ ਪਏ ਆ ਕਿ ਇਹਨੇ ਇੱਦਾਂ ਕਿਹਾ ਉੱਦਾਂ ਕਿਹਾ, ਉਹਨੂੰ ਥੱਲੇ ਡਾਊਨ ਕਰਨ ਦੀ ਕੋਸ਼ਿਸ਼ ਕਰ ਰਹੇ ਆ, ਪਰ ਉਹਦਾ ਲੈਵਲ ਉਨਾ ਹੀ ਵੱਧਦਾ ਜਾ ਰਿਹਾ ਅਤੇ ਇਸ ਕਰਕੇ ਆਪਾਂ ਨੂੰ ਉਹ ਬੰਦਾ ਵਧੀਆ ਲੱਗਦਾ ਹੈ। ਮੈਨੂੰ ਭਾਈ ਜੀ ਹੈਗਾ ਪਸੰਦ ਤਾਂ ਬੱਬੂ ਮਾਨ ਆ, ਵੈਸੇ ਸਿੱਧੂ ਵੀ ਵਧੀਆ, ਪਰ ਦੁਬਾਰੇ ਮੁਕਾਬਲੇ ਬੱਬੂ ਮਾਨ ਜ਼ਿਆਦਾ ਬੈਸਟ ਆ। ਕਿਉਂ? ਕਿਉਂਕਿ ਬਾਈ ਤੁਹਾਨੂੰ ਪਤਾ ਸਾਰੇ ਸਿੰਗਰਾਂ ਦਾ ਉਸਤਾਦ ਤਾਂ ਬੱਬੂ ਮਾਨ ਹੀ ਆ, ਅਤੇ ਨਵੇਂ ਘੇਰੇ ਮਰਜ਼ੀ ਉੱਠਣ ਪਰ ਬੱਬੂ ਮਾਨ ਤਾਂ ਨਹੀਂ ਘੇਰੇ ਬਣ ਜਾਣਾ। ਦੋਨਾਂ ਦੇ ਵਿੱਚੋਂ ਸਿੱਧੂ ਮੂਸੇਵਾਲਾ ਹੀ ਕਿਉਂ? ਭਾਅ ਜੀ ਦੇਖੋ, ਕਿਉਂਕਿ ਅੱਜ ਦੇ ਟਾਈਮ 'ਚ ਹੈ ਨਾ, ਅਤੇ ਭਾਅ ਜੀ ਦੇਖੋ ਸਭ ਵੈਸੇ ਤਾਂ ਦੇਖੋ ਹਰ ਆਰਟਿਸਟ ਦੀ ਨਾ ਰਿਸਪੈਕਟ ਹੁੰਦੀ ਆ, ਅਤੇ ਸਭ ਤੋਂ ਵੱਡੀ ਗੱਲ ਇਹ ਆ ਸਿੱਧੂ ਮੂਸੇਵਾਲਾ ਜੀ ਹੁਣ ਆਏ ਨੇ, ਅਤੇ ਹੁਣ ਹੀ ਦੇਖੋ ਉਹਨਾਂ ਦੀ ਕਿੰਨੀ ਬੁਲੰਦੀ ਆ, ਠੀਕ ਹੈ, ਕਿੰਨੀ ਮਿਹਨਤ ਕਰ ਰਹੇ ਨੇ ਉਹ। ਆਪਾਂ ਨੂੰ ਲੱਗਦਾ ਕਿ ਬੈਕ ਸਟੇਜ 'ਤੇ ਤਾਂ ਇੱਦਾਂ ਉੱਦਾਂ ਦੋ ਗੱਲਾਂ ਮਾਰਤੀ, ਇੱਦਾਂ ਨਹੀਂ ਹੁੰਦਾ ਵੀਰੇ, ਮਿਹਨਤ ਲੱਗਦੀ ਆ ਆਪਾਂ ਨੂੰ, ਮਿਹਨਤ ਨਹੀਂ ਨਾ ਦਿਖਦੀ, ਠੀਕ ਹੈ ਨਾ, ਕਿੱਥੇ 30 ਸਾਲਾਂ ਦੀ ਮਿਹਨਤ, ਕਿੱਥੇ 2 ਸਾਲ ਦੀ, ਸਹੀ ਗੱਲ। ਮੁਕਾਬਲੇ ਹੋ ਰਹੇ ਨੇ ਭਾਅ ਜੀ, ਉਹ ਵੀ ਤਾਂ ਦੇਖੋ ਸਿੱਧੂ ਮੂਸੇਵਾਲਾ ਜੀ। ਭਾਅ ਜੀ ਉਹਨਾਂ ਦਾ ਕੋਈ ਫੇਵਰੇਟ ਸੌਂਗ? ਭਾਅ ਜੀ ਫੇਵਰੇਟ ਨਹੀਂ, ਅਤੇ ਇੱਕ ਮੈਂ ਡਾਇਲੋਗ ਬੋਲ ਦਿੰਦਾ, ਕਾਬਲ ਨਹੀਂ ਸਿਰਾ 'ਤੇ ਆ ਮਾਣ ਜੱਟਾਂ ਦਾ, ਗੱਲ ਅਸੀਂ ਕਰਦੇ ਹਾਂ ਹੈਡ ਤੋਂ ਬਿਨਾਂ। ਕਿਆ ਬਾਤ ਹੈ, ਕਿਆ ਬਾਤ ਹੈ। ਹੋਰ ਕੋਈ ਭਾਅ ਜੀ ਤੁਹਾਡਾ ਸੌਂਗ ਦਾ, ਤੁਹਾਡਾ ਸੌਂਗ ਦਾ ਗਾਣ ਦਾ ਇੰਟਰਸਟ ਮਹਾਰਾਜ? ਹਾਂਜੀ ਭਾਅ ਜੀ, ਆਮ ਆ ਬੀਟ ਬੋਕਸਰ। ਬੀਟ ਬੋਕਸਰ ਹੋ? ਹਾਂਜੀ ਭਾਅ ਜੀ। ਆ ਜਾਓ ਮਹਾਰਾਜ, ਛੱਡੋ ਇੱਕ ਬੇਸ, ਛੱਡੋ ਕੋਈ ਵਧੀਆ ਜੀ। ਹਿੰਦੀ ਹਿੰਦੀ? ਹਾਂ ਹਾਂ, ਲਓ 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 ਲਓ। ਪੀੜਾ ਗਲ ਦੁੱਖ ਦੱਸ, ਤੇਰਾ ਕੀ ਗੁਆਇਆ ਸੀ ਮੈਂ ਵੈਰ ਨੇ, ਤੂੰ ਮੇਰਾ ਤੂੰ ਮੇਰਾ ਪੀੜਾ। ਥੈਂਕ ਯੂ ਭਾਅ ਜੀ, ਥੈਂਕਸ ਅ ਲੋਟ, ਬਹੁਤ ਵਧੀਆ ਲੱਗਾ, ਮਲਟੀ ਟੈਲੈਂਟਡ ਭਾਅ ਜੀ ਨੇ। ਆਪਾਂ ਨੂੰ ਭਾਈ ਸਿੱਧੂ ਮੂਸੇਵਾਲਾ ਵਧੀਆ ਲੱਗਦਾ ਜੀ, ਅੱਜ ਕੱਲ੍ਹ ਦੇਖੀ ਜਾਵੇ ਗਾਣੇ ਨਾਲ ਦੀ ਨਾਲ ਗਾਣੇ ਆਈ ਜਾ ਰਹੇ ਨੇ, ਪਰ ਹਰ ਗਾਣਾ ਵੀ ਉਹਦਾ ਪਸੰਦ ਕੀਤਾ ਜਾ ਰਿਹਾ, ਬੱਚੇ ਬੱਚੇ ਦੀ ਜ਼ਬਾਨ 'ਤੇ ਉਹਦਾ ਨਾਮ ਹੈਗਾ ਅੱਜ ਕੱਲ੍ਹ, ਮੂਸੇਵਾਲਾ ਮੂਸੇਵਾਲਾ ਸਾਰੇ ਪਾਸੇ, ਮੂਸੇਵਾਲਾ ਮੂਸੇਵਾਲਾ ਹੋ ਰਹੀ ਆ। ਵੈਸੇ ਬੱਬੂ ਮਾਨ ਵੀ ਗਾਣੇ ਵਧੀਆ ਗਾ ਰਹੇ, ਪਰ ਉਹਦੇ ਗਾਣੇ ਜਿਹੜੇ ਅੱਜ ਕੱਲ੍ਹ ਫਲੋਪ ਜਾ ਰਹੇ ਨੇ, ਪਰ ਸਿੱਧੂ ਮੂਸੇਵਾਲਾ ਹਰ ਗਾਣਾ ਹਿੱਟ ਹੀ ਜਾ ਰਿਹਾ ਹੈ। ਕਿਸੇ ਵੀ ਗਾਣੇ ਦੇ ਲੋਕ ਕਾਫੀ 1 ਮਿਲੀਅਨ ਵਿਊ ਹੁੰਦੇ ਉਹਨਾਂ ਗਾਣੇ 'ਤੇ, ਹਰ ਬੰਦਾ ਉਹਨੂੰ ਪਸੰਦ ਕਰਦਾ ਸਿੱਧੂ ਮੂਸੇਵਾਲੇ ਨੂੰ। ਮੈਨੂੰ ਲੱਗਦਾ ਸਿੱਧੂ ਮੂਸੇਵਾਲੇ ਦੇ ਗਾਣੇ ਮੱਚ ਬੈਟਰ ਹੈ ਬੱਬੂ ਮਾਨ ਤੋਂ, ਕਿਉਂਕਿ ਬੱਬੂ ਮਾਨ ਦੇ ਜਿਹੜੇ ਤੁਸੀਂ ਹੁਣ ਟਾਈਮ ਦੇ ਗਾਣੇ ਸੁਣਦੇ ਹੋ ਉਹਨਾਂ 'ਚ ਪੁਰਾਣੇ ਟਾਈਮ ਦਾ ਮਿਊਜ਼ਿਕ ਹੁੰਦਾ, ਅਤੇ ਸਿੱਧੂ ਮੂਸੇਵਾਲਾ ਲੇਟੈਸਟ ਟ੍ਰੈਂਡ 'ਚ ਹੈ, ਤਾਂ ਤਾਂ ਹੀ ਮੈਂ ਸਿੱਧੂ ਮੂਸੇਵਾਲੇ ਨੂੰ ਵੋਟ ਦੇਵਾਂਗਾ ਆਪਣਾ, ਕਿਉਂਕਿ ਉਹਦਾ ਸਵੈਗ ਵਧੀਆ ਹੁੰਦਾ, ਉਹਦੇ ਗਾਣੇ ਗੱਡੀ 'ਚ ਵਧੀਆ ਵੱਜਦੇ ਆ, ਬੇਸ ਵਧੀਆ ਹੁੰਦੀ ਆ। ਮੈਨੂੰ ਤਾਂ ਬੱਬੂ ਮਾਨ ਵਧੀਆ ਲੱਗਦਾ, ਉਹਨਾਂ ਦੇ ਗਾਣੇ ਵਧੀਆ ਸੀਗੇ ਅਤੇ ਅੱਜ ਕੱਲ੍ਹ ਵੀ ਉਹ ਠੀਕ ਗਾਣੇ ਹੀ ਕੱਢ ਰਹੇ ਆ, ਤਾਂ ਬੱਬੂ ਮਾਨ। ਸਿੱਧੂ ਮੂਸੇਵਾਲਾ ਕਿਉਂ ਨਹੀਂ? ਕਿਉਂਕਿ ਉਹ ਬਹੁਤ ਜ਼ਿਆਦਾ ਭੜਕਾਓ ਕਈ ਵਾਰ ਗਾਣੇ ਕੱਢ ਦਿੰਦੇ ਆ, ਤਾਂ ਉਹ ਯੂਥ 'ਤੇ ਗਲਤ ਅਸਰ ਪੈਂਦਾ ਕਈ ਵਾਰ। ਸਿੱਧੂ ਮੂਸੇਵਾਲਾ ਆਲਵੇਜ਼, ਉਹਦੇ ਸੌਂਗਸ ਤਾਂ ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗਦੇ ਆ, ਇੱਕਦਮ ਉਹਦੇ ਸੌਂਗਸ ਕੋਈ ਇੱਦਾਂ ਦੀ ਗੱਲਬਾਤ ਉਹਨੇ ਕੋਈ ਗਲਤ ਵਰਡ ਕਦੇ ਯੂਜ਼ ਨਹੀਂ ਕੀਤਾ, ਇੱਕਦਮ ਤਾਕੜ ਵਾਲੇ ਉਹਦੇ ਸੌਂਗਸ ਹੁੰਦੇ ਆ, ਅਤੇ ਉਹਨੇ ਅੱਜ ਤੱਕ ਕਦੇ ਕੁੜੀਆਂ ਨੂੰ ਮਾੜਾ ਨਹੀਂ ਕਿਹਾ ਕੁਛ ਵੀ, ਤਾਂ ਇਸ ਲਈ ਆਲਵੇਜ਼ ਸਿੱਧੂ ਮੂਸੇਵਾਲਾ ਲਵ ਯੂ। ਦੋਨੋਂ ਆਪਣੀ ਜਗ੍ਹਾ ਸਹੀ ਆ, ਸਿੱਧੂ ਮੂਸੇ ਅੱਜ ਕੱਲ੍ਹ ਦੇ ਨਵੇਂ ਟ੍ਰੈਂਡ ਦੇ ਬਾਰੇ ਗਾਣੇ ਗਾਉਂਦਾ, ਅਤੇ ਬੱਬੂ ਮਾਨ ਜੀ ਉਹ ਆਪਣੇ ਪੁਰਾਣੇ ਟਾਈਮ ਦੇ ਗਾਣੇ ਗਾਉਂਦੇ ਨੇ। ਉਹ ਕੰਪੈਰੀਜ਼ਨ ਇਹ ਏਜ ਗਰੁੱਪ ਦੇ ਹੈਗੇ ਆ ਦੋਵੇਂ, ਜਿੱਦਾਂ ਯੰਗਸਟਰਸ ਨੂੰ ਅੱਜ ਕੱਲ੍ਹ ਦੇ ਅਸੀਂ ਆ ਸਿੰਗਲ, ਅੱਜ ਕੱਲ੍ਹ ਮੈਂ ਸਿੱਧੂ ਮੂਸੇਵਾਲਾ ਜ਼ਿਆਦਾ ਟ੍ਰੈਂਡ 'ਚ ਆ, ਅਤੇ ਉਹਦੇ ਗਾਣੇ ਵਧੀਆ ਚੱਲਦੇ ਆ ਅੱਜ ਕੱਲ੍ਹ, ਗੱਡੀਆਂ ਚੱਲਦੇ ਗੇੜੀ ਟਾਈਮ ਉਹਦੇ ਗਾਣੇ ਲੱਗਦੇ ਨੇ,
ਤੇ ਵਧੀਆ ਯੰਗਸਟਰ ਆ ਤੇ ਗਾਣੇ ਹੈਗੇ ਗੋਲੀਆਂ ਵਗੈਰਾ ਤੇ ਜਸਟ ਫੋਰ ਫਨ ਨੂੰ ਸੁਣਨ ਲਈ ਆ ਪਰ ਉਹਨਾਂ ਦੇ ਅਸੀਂ ਫੋਲੋ ਨਹੀਂ ਕਰਨਾ ਚਾਹੀਦਾ ਉਹਦੇ ਗਾਣਿਆਂ ਨੂੰ ਹਾਂਜੀ ਬਸ ਸੁਣਨ ਲਈ ਠੀਕ ਆ ਉਹ ਹਾਂਜੀ ਇਨਰਜੈਟਿਕ ਗਾਣੇ ਆ ਉਹਦੇ ਥੋੜ੍ਹੇ ਬੱਬੂ ਮਾਨ ਦਾ ਕਹੂੰਗਾ ਭਾਜੀ ਜਿੱਦਾਂ ਆਪਾਂ ਵਿਆਹ ਵਿਊ 'ਤੇ ਨੱਚਣਾ ਹੋਵੇ ਉਹਦੇ ਗਾਣੇ ਠੀਕ ਆ ਉੱਦਾਂ ਘਰਦਿਆਂ ਨਾਲ ਬਹਿ ਕੇ ਸੁਣਨ ਵਾਲੇ ਆ ਉਹਦੇ ਗਾਣੇ ਭਾਜੀ ਸਿੱਧੂ ਮੂਸੇਵਾਲਾ ਹੀ ਵਧੀਆ ਕਿਉਂਕਿ ਆਪਾਂ ਗੇੜੀ ਗੁੜੀ ਰੂਟ 'ਤੇ ਜਾਣਾ ਹੁੰਦਾ ਤਾਂ ਗਾਣੇ ਗੁਣੇ ਉਹਦੇ ਸੁਣ ਲਈਦੇ ਵਿਆਹ ਸ਼ਾਦੀਆਂ ਦੇ ਵੀ ਚੱਲ ਜਾਂਦੇ ਉਹਦੇ ਗਾਣੇ ਬਾਕੀ ਬੱਬੂ ਮਾਨ ਭਾਜੀ ਘੱਟ ਵੱਧ ਅੱਜ ਕੱਲ੍ਹ ਅਵੇਅਰਨੈਸ ਤੁਹਾਨੂੰ ਪਤਾ ਪੁਰਾਣੇ ਗਾਣੇ ਗਾਉਂਦਾ ਸੀਗਾ ਹੁਣ ਸਿੱਧੂ ਮੂਸੇਵਾਲਾ ਨਵਾਂ ਟ੍ਰੈਂਡ ਚੱਲਣ ਡਿਆ ਤਾਂ ਕਰਕੇ ਸਿੱਧੂ ਮੂਸੇਵਾਲਾ ਹੀ ਸਿੱਧੂ ਮੂਸੇਵਾਲਾ ਕਿਉਂ ਉਹਦਾ ਸਵੈਗ ਵੱਖਰਾ ਨਾਲੇ ਕੰਪੈਰੀਟਿਵਲੀ ਮੈਨੂੰ ਸਿੱਧੂ ਮੂਸੇਵਾਲਾ ਪਸੰਦ ਹੈ ਬੱਬੂ ਮਾਨ ਵੀ ਪਸੰਦ ਹੈ ਬਟ ਕੰਪੈਰੀਟਿਵਲੀ ਸਿੱਧੂ ਮੂਸੇਵਾਲਾ ਜੀ ਸਿੱਧੂ ਮੂਸੇਵਾਲਾ ਜੀ ਕਿਉਂ ਜੀ ਉਹਦੇ ਗਾਣੇ ਤਾਂ ਉੱਦਾਂ ਤੁਹਾਨੂੰ ਪਤਾ ਹੀ ਹੈ ਕਿ ਬਹੁਤ ਜ਼ਿਆਦਾ ਵਧੀਆ ਹੁੰਦੇ ਆ ਅਤੇ ਦੂਸਰੀ ਗੱਲ ਇਹ ਕਿ ਉਹਨੇ ਬਹੁਤ ਘੱਟ ਉਮਰ ਦੇ ਵਿੱਚ ਅਤੇ ਨਾਲੇ ਬਹੁਤ ਛੇਤੀ ਉਹਨੇ ਤਰੱਕੀ ਹਾਸਿਲ ਕੀਤੀ ਹੈ ਜਿਹਨੇ ਆਪਾਂ ਨੂੰ ਭਾਜੀ ਐਕਚੁਅਲੀ ਮੈਂ ਤੁਹਾਨੂੰ ਸਹੀ ਗੱਲ ਦੱਸਾਂ ਅਤੇ ਸਿੱਧੂ ਭਾਈ ਤੋਂ ਪਹਿਲਾਂ ਆਪਾਂ ਬਿੱਬੂ ਮਾਨ ਭਾਈ ਦੇ ਬਹੁਤ ਵੱਡੇ ਫੈਨ ਸੀਗੇ ਜਦੋਂ ਤੱਕ ਉਹਨਾਂ ਦੇ ਗਾਣੇ ਬਹੁਤ ਵਧੀਆ ਆ ਰਹੇ ਸੀਗੇ ਪਹਿਲਾਂ ਤਾਂ ਲਾਈਵ ਦੇ ਵਿੱਚ ਆਪਾਂ ਵੀ ਉਹਨਾਂ ਨੂੰ ਬਹੁਤ ਵਧੀਆ ਮਤਲਬ ਆਪਾਂ ਕਹਿੰਦੇ ਹਾਂ ਕਿ ਲਾਈਵ ਉਹਨਾਂ ਦਾ ਬਹੁਤ ਵਧੀਆ ਹੁੰਦੇ ਸ਼ੋਜ਼ ਵਗੈਰਾ ਪਰ ਅੱਜ ਦੇ ਟਾਈਮ 'ਚ ਉਹਨਾਂ ਦੇ ਜਿਹੜੇ ਗਾਣੇ ਆ ਉਹ ਆਪਾਂ ਦੇਖ ਰਹੇ ਹਾਂ ਕਿ ਕੁਛ ਖਾਸ ਨਹੀਂ ਆ ਰਹੇ ਬਹੁਤ ਜ਼ਿਆਦਾ ਮਤਲਬ ਫਲੋਪ ਹੀ ਚੱਲ ਰਹੇ ਆ ਮਤਲਬ ਇਸ ਕਰਕੇ ਆਪਾਂ ਨੂੰ ਹੁਣ ਜ਼ਿਆਦਾ ਵਧੀਆ ਨਹੀਂ ਲੱਗਦਾ ਗਾਣਿਆਂ ਦੇ ਤੁਹਾਨੂੰ ਪਤਾ ਗਾਣੇ ਜੇ ਤਾਂ ਚੱਲਣਗੇ ਉਹੀ ਬੰਦਾ ਚੱਲਣੇ ਆ ਦੇਖਿਆ ਜਾਵੇ ਸਿੱਧੂ ਮੂਸੇਵਾਲਾ ਇੱਕੋ ਟੋਨ 'ਤੇ ਗਾਣੇ ਗਾਈ ਜਾਂਦਾ ਜੀ ਉਹੀ ਬਦਮਾਸ਼ੀ ਟਾਈਪ ਹੀ ਹੁਣ ਬੱਬੂ ਮਾਨ ਦੇ ਹਰ ਟਾਈਪ ਦੇ ਗਾਣੇ ਆਉਂਦੇ ਆ ਜੀ ਇਸ ਕਰਕੇ ਜ਼ਿਆਦਾ ਮੈਨੂੰ ਬੱਬੂ ਮਾਨ ਵਧੀਆ ਲੱਗਦਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰ ਤੁਸੀਂ ਬੱਬੂ ਮਾਨ ਸਾਹਿਬ ਅਤੇ ਸਿੱਧੂ ਮੂਸੇਵਾਲਾ ਦੋਨਾਂ 'ਚ ਮਤਲਬ ਤੁਸੀਂ ਸੁਣੇ ਤਾਂ ਦੋਨਾਂ ਨੂੰ ਹੁਣੇ ਆ ਪਰ ਕਿਹਨੂੰ ਜ਼ਿਆਦਾ ਤੁਸੀਂ ਸਪੋਰਟ ਕਰਦੇ ਹੋ ਦੇਖੋ ਜੀ ਸਪੋਰਟ ਦੀ ਗੱਲ ਹੈ ਵੀ ਇਹ ਮੁੰਡੇ ਹੁਣ ਕੰਟਰੋਵਰਸੀ 'ਚ ਫਸ ਗਏ ਹੈ ਅਤੇ ਕੰਟਰੋਵਰਸੀ 'ਚ ਆਪਣੇ ਕੈਰੀਅਰ ਦੇ ਦਾਅ ਦੇ ਉੱਤੇ ਇਹਨਾਂ ਨੂੰ ਨਹੀਂ ਮਿਲ ਜਾਂਦਾ ਬਟ ਜੇ ਕੋਈ ਗਲਤ ਗੱਲ ਹੋ ਵੀ ਗਈ ਹੈ ਮਾਫ਼ੀ ਮੰਗ ਕੇ ਅਤੇ ਜੋ ਅੱਜ ਕੱਲ੍ਹ ਦਾ ਸਮਾਂ ਮੰਗਦਾ ਹੈ ਉਹ ਸਮੇਂ ਹਿਸਾਬ ਨਾਲ ਗਾਣ ਬੱਬੂ ਮਾਨ ਨੂੰ ਮੈਂ ਜਾਣਦਾ ਮੂਸੇਵਾਲ ਨੂੰ ਮੈਂ ਮਿਲ ਸੁਣਿਆ ਨਹੀਂ ਅਤੇ ਨਾ ਮੈਂ ਉਹਨੂੰ ਜਾਣਦਾ ਬੱਬੂ ਮਾਨ ਚੰਗਾ ਹੈ ਮੈਂ ਮਿਲਿਆ ਵੀ ਹਾਂ ਉਹਦੇ ਗਾਣੇ ਵੀ ਚੰਗੇ ਨੇ ਆਵਾਜ਼ ਚੰਗੀ ਹੈ ਚਲੋ ਪੰਜਾਬ ਕਲਚਰ ਨਾਲ ਰਿਲੇਟਡ ਵੀ ਹੈ ਪਰ ਇਹ ਅੱਜ ਕੱਲ੍ਹ ਦੇ ਥੋੜ੍ਹੇ ਸਿੰਗਰਾਂ ਨੂੰ ਇਹ ਚਾਹੀਦਾ ਹੈ ਕਿ ਜਿਹੋ ਜਿਹਾ ਮਾਹੌਲ ਹੈ ਉਹ ਹਿਸਾਬ ਨਾਲ ਕੋਈ ਇਹੋ ਜਿਹੀ ਕੰਟਰੋਵਰਸੀ ਨਾ ਕਰਨ ਆਪਣੇ ਫਿਊਚਰ ਨੂੰ ਡਾਰਕ ਨਾ ਕਰਨ ਅਤੇ ਮਾਹੌਲ ਨੂੰ ਇੱਕਦਮ ਬਦਲਣ ਕੋਈ ਗਲਤੀ ਹੋ ਗਈ ਇਨਸਾਨ ਗਲਤੀਆਂ ਦਾ ਪੁਤਲਾ ਹੈ ਆਪਾਂ ਜਾ ਕੇ ਗੁਰਦੁਆਰੇ ਵੀ ਮੱਥਾ ਟੇਕ ਕੇ ਮਾਫ਼ੀ ਮੰਗ ਸਕਦੇ ਹਾਂ ਲੋਕਾਂ ਨੂੰ ਮੰਗ ਲਈ ਫਿਰ ਕੀ ਹੋ ਗਿਆ ਭੈਣ ਭਰਾ ਘਰ ਦੇ ਵਿੱਚ ਲੜਦੇ ਹਾਂ ਤਾਂ ਵੀ ਕਰ ਲੈਂਦੇ ਹਾਂ ਮਾਫ਼ੀ ਮੰਗ ਕੇ ਅੱਜ ਕੱਲ੍ਹ ਮਾਹੌਲ 'ਚ ਜੋ ਸਿਸਟਮ ਜਾਂਦਾ ਉਹਦੇ ਸਿਸਟਮ ਦੇ ਵਿੱਚ ਰਹਿ ਕੇ ਕੰਮ ਕਰੋ ਬਸ ਅਤੇ ਇਹਦੇ 'ਚ ਹੀ ਸਾਰਿਆਂ ਦੀ ਚੜ੍ਹਤਾ ਹੈ ਸਾਰਿਆਂ ਦਾ ਫਾਇਦਾ ਕਿਸੇ ਸੈਂਟੀਮੈਂਟ ਨੂੰ ਹਰਟ ਨਾ ਕਰੋ ਬਸ ਸਾਡਾ ਤਾਂ ਇਹ ਹੈ ਨਾ ਕੰਟਰੋਵਰਸ਼ੀਅਲ ਬਣੋ ਬਸ ਗਾਣੇ ਉਹ ਗਾਓ ਜਿਹਦੇ 'ਚ ਕੋਈ ਸਿੱਖ ਹੋਵੇ ਬੱਚੇ ਸਿੱਖਣ ਕੋਈ ਡਿਵੈਲਪ ਹੋਣ ਪੰਜਾਬ ਦੇ ਬੱਚੇ ਇਹ ਨਹੀਂ ਵੀ ਨਸ਼ਿਆਂ ਦੇ ਜਾਂ ਸ਼ਰਾਬਾਂ ਦੇ ਗਾਣੇ ਗਾ ਕੇ ਬੱਚਿਆਂ ਨੂੰ ਆਪਾਂ ਖਰਾਬ ਕਰੀਏ ਇਹ ਸਾਡਾ ਜਿਹੜਾ ਮੈਸੇਜ ਸਮਝ ਲਓ ਕਿਉਂਕਿ ਜਿਸ ਗੁਰੂ ਮਹਾਰਾਜ ਦੀ ਧਰਤੀ 'ਤੇ ਅਸੀਂ ਰਹਿੰਦੇ ਹਾਂ ਨਾ ਉਹਨੇ ਤਾਂ ਵਾਇਲੈਂਸ ਸਿਖਾਈ ਹੀ ਨਹੀਂ ਸਾਨੂੰ ਬਿਲਕੁਲ ਜੇ ਵਾਇਲੈਂਸ ਸਿਖਾਉਂਦਾ ਤਾਂ ਫਿਰ ਉਹਨੇ ਤਸੀਹੇ ਕੋਈ ਸਹਿੰਦਾ ਉਹਨੇ ਤਾਂ ਸਰਪੰਚ ਵਾਰਿਆ ਇਸ ਕਰਕੇ ਸਾਨੂੰ ਉਹ ਸਿੱਖਿਆ ਨੂੰ ਧਿਆਨ ਰੱਖ ਕੇ ਇਹੀ ਕਰਨਾ ਚਾਹੀਦਾ ਕੋਈ ਵੱਡਾ ਅਤੇ ਕੋਈ ਛੋਟਾ ਨਹੀਂ ਇਨਸਾਨ ਨੂੰ ਪਰਮਾਤਮਾ ਨੇ ਸਮਾਂ ਦੇਣਾ ਉਹ ਹਰ ਇੱਕ ਸਿੰਗਰ 'ਤੇ ਵੀ ਆਉਣਾ ਚੰਗਾ ਵੀ ਆਉਣਾ ਮਾੜਾ ਵੀ ਆਉਣਾ ਮਾੜੇ ਤੋਂ ਬਚੋ ਅਤੇ ਚੰਗੇ ਵਿੱਚ ਚੜ੍ਹਤ ਕਰੋ ਬਸ ਆਪਣੇ ਸਮੇਂ ਦੇ ਸਮਾਜ ਦੇ ਵਿੱਚ ਜੋ ਸਮਾਜ ਦੀ ਡਿਮਾਂਡ ਉਸ ਹਿਸਾਬ ਨਾਲ ਕਰੋ ਗਲਤ ਪਾਸੇ ਨਾ ਤੁਰੋ ਗੋਲੀਆਂ ਬੰਦੂਕਾਂ ਬਥੇਰੀਆਂ ਚੱਲ ਰਹੀਆਂ ਦੁਨੀਆ ਬਹੁਤ ਮਰਨ ਪਈ ਆ ਮਰ ਕੇ ਜੀਵਨ ਮਿਲਿਆ ਜੀਣ ਵਾਸਤੇ ਮਰਨ ਵਾਸਤੇ ਨਹੀਂ ਜੀ ਕੇ ਮਰੋ ਨਾ ਕਿ ਆਪਣੇ ਜੀਵਨ ਨੂੰ ਐਵੇਂ ਹੀ ਸੁੱਟ ਦਿਓ ਇਹੋ ਜਿਹੇ ਗਾਣੇ ਕੰਟਰੋਵਰਸੀ ਫਸ ਕੇ ਆਹੀ ਸਿੱਖਿਆ ਇਹਨਾਂ ਨੂੰ ਨੌਜਵਾਨ ਪੀੜ੍ਹੀ ਨੂੰ ਜਿਹੜੇ ਗਾ ਰਹੇ ਨੇ ਕਰ ਰਹੇ ਨੇ ਇਹ ਅੱਜ ਕੱਲ੍ਹ ਮਾਹੌਲ ਜਿਹੜਾ ਪੈਸੇ ਦਾ ਬਹੁਤ ਲਸਟ ਹੋ ਗਈ ਹੈ ਆਹ ਨਸ਼ਾ ਪੱਤਾ ਵੀ ਬਹੁਤ ਸਮਾਜ 'ਚ ਵੱਧ ਗਿਆ ਇਹਨਾਂ ਤੋਂ ਬਚੋ ਸਮਾਜ ਬਚਾਓ ਸਮਾਜ ਜਿਹੜੀ ਪੀੜ੍ਹੀ ਬਚੇਗੀ ਤਾਂ ਸਮਾਜ ਬਚੇਗਾ ਜੇ ਪੀੜ੍ਹੀ ਖਤਮ ਹੋ ਗਈ ਤਾਂ ਸਮਾਜ ਕੀ ਰਹਿਣਾ ਫਿਰ ਤਾਂ ਕਿਸੇ ਨੂੰ ਇਨਵੇਟਰ ਅੱਗੇ ਇਨਵੇਟਰ ਆ ਕੇ ਮਾਰਦੇ ਸੀ ਹੁਣ ਤੁਸੀਂ ਆਪਣੇ ਆਪ ਨੂੰ ਆਪ ਹੀ ਮਾਰੀ ਜਾ ਰਹੇ ਹੋ ਇਹ ਪੁੱਠੇ ਸਿੱਧੇ ਕੰਮ ਕਰਕੇ ਤਾਂ ਕੋਈ ਫਾਇਦਾ ਨਹੀਂ ਆਪਣੇ ਮਾਂ ਬਾਪ ਦਾ ਆਪਣੇ ਪਰਿਵਾਰ ਦਾ ਆਪਣੇ ਕੌਮ ਦਾ ਆਪਣੇ ਆਪਣੇ ਸਟੇਟ ਦਾ ਆਪਣੇ ਨੇਸ਼ਨ ਦਾ ਧਿਆਨ ਰੱਖੋ ਇਹੀ ਸਿੱਖਿਆ ਇਹਨਾਂ ਨੂੰ ਅੱਜ ਕੱਲ੍ਹ ਦੇ ਨੌਜਵਾਨ ਪੀੜ੍ਹੀ ਨੂੰ ਸੋ ਜੋ ਤੁਹਾਨੂੰ ਕਿਹੜਾ ਸਭ ਤੋਂ ਜ਼ਿਆਦਾ ਤੁਸੀਂ ਸਪੋਰਟ ਕਰਦੇ ਹੋ ਕਿਹਨੂੰ ਸਭ ਤੋਂ ਜ਼ਿਆਦਾ ਲਾਈਕ ਕਰਦੇ ਹੋ ਬੱਬੂ ਮਾਨ ਜੀ ਨੂੰ ਬੱਬੂ ਮਾਨ ਜੀ ਨੂੰ ਭਾਜੀ ਰੀਜ਼ਨ ਬੱਬੂ ਮਾਨ ਜੀ ਨੂੰ ਇਸ ਵਾਸਤੇ ਲਾਈਕ ਕਰਦੇ ਹਾਂ ਕਿਉਂਕਿ ਉਹਨਾਂ ਦੇ ਗਾਣੇ ਸਾਨੂੰ ਬਹੁਤ ਵਧੀਆ ਲੱਗਦੇ ਆ ਅਤੇ ਕਲਚਰ ਨੂੰ ਲੈ ਕੇ ਬਹੁਤ ਵਧੀਆ ਗਾਣੇ ਆ ਉਹਨਾਂ ਦੇ ਹਾਂਜੀ ਅਤੇ ਇਸ ਕਾਰਨ ਅਸੀਂ ਬੱਬੂ ਮਾਨ ਜੀ ਨੂੰ ਵੀ ਸਪੋਰਟ ਕਰਾਂ ਅੱਛਾ ਅਤੇ ਅੱਜ ਜਿਵੇਂ ਆਪਾਂ ਸਿੱਧੂ ਮੂਸੇਵਾਲੇ ਦੀ ਗੱਲ ਕਰੀਏ ਉਹ ਟ੍ਰੈਂਡ ਸੈਟਰ ਆਪਾਂ ਕਹਿ ਸਕਦੇ ਹਾਂ ਕਿ ਟ੍ਰੈਂਡ ਦੇ ਅਕੋਰਡਿੰਗ ਉਹ ਸੌਂਗ ਬਣਾ ਰਹੇ ਹਾਂ ਅੱਜ ਕੱਲ੍ਹ ਹੈ ਨਾ ਬੱਬੂ ਮਾਨ ਸਾਹਿਬ ਦੇ ਚਲੋ ਸਟਾਰਟਿੰਗ ਤੋਂ ਹੀ ਨੇ ਹੁਣ ਵੀ ਉਹ ਉਹਨਾਂ ਨੇ ਐਵਰਗ੍ਰੀਨ ਰਹਿਣਾ ਐਵਰਗ੍ਰੀਨ ਰਹਿਣਾ ਸੋ ਤੁਹਾਡੇ ਹਿਸਾਬ ਨਾਲ ਐਨੀ ਕਿ ਆਪਾਂ ਥੋੜ੍ਹਾ ਟਾਈਮ ਦੇ ਨਾਲ ਨਾਲ ਵੀ ਚੱਲੀਏ ਨਹੀਂ ਇਹ ਗੱਲ ਤਾਂ ਹੈ ਟਾਈਮ ਦੇ ਨਾਲ ਨਾਲ ਚੱਲਣਾ ਚਾਹੀਦਾ
पुराने टाइम तो चल रहे ने ता करके हां जी दोनों दे शोज हुंदे ने अपने अपने अखाड़े लगदे आ ते तुहानू की लगदा कि सब तो ज्यादा कट किथे हुंदा सब तो कट दी गल कही ते मैनू ते बब्बू मान जी मतलब वधिया ऑल ओवर पर जेड़े गाने ओ गांदे ने ते ओ वधिया ही हैगे आ अच्छा अच्छा साडे व्यूज बब्बू मान जी नु ही है ठीक है पर ही उना दा फेवरेट सॉन्ग कोई एक उड़दी उड़ाउंदी आई सी कबूतरी थैंक यू भाई थैंक्स अ लॉट हाँ जी दोस्तों यह सीगा पब्लिक द रिव्यू किन्हां लई कौन लेजेंड है कौन किनू सपोर्ट करता दोस्तों अच्छी गल है जेडे आर्टिस्ट नू तुसी लाइक करते उन्हां नू महाराज सपोर्ट करो बाकी होर आर्टिस्ट नू भी सपोर्ट करो बहुत सारा टैलेंट आ रहा है सो यह सी वीडियो जिहदे विच जिहड़ा आ दस्सिया कि किहड़े जिहड़े फैनस ने वह बब्बू मां जी नू पसंद करते ते किहड़े किहड़े फैनस ने वह सिद्धू मूसे वाले जी नू जिहड़े पसंद करते और क्यों करते ये भी उन्होंने जिहड़ी अपनी गल दसी है और वेख्या विच आए तो अज ट्रेंडिंग दे विच जे असीं वेखीए ज़्यादा तो वह सिद्धू मूसे वाला सिद्धू भाजी ही जिहड़े ट्रेंडिंग दे विच हैगे ने भी एवरग्रीन जे कहीए तो एवरग्रीन वन एंड मोस्ट जिहड़े ने वह बब्बू मान जी है सो जिद्दां दी अस गल ये होंदी है कि जिद्दां दी पब्लिक जिहड़ी डिमांड करदी है उस तरीके दे गाने कढ़े जाण ते पब्लिक उसी जिहड़ा सिंगर है उसे नूं जिहड़ा ज़्यादा चुक दिंदे है ज़्यादा उच्चा कर दिंदे है सो पर यह भी नाल वेखना चाहिए है कि असी कोई एहोजा गाना गलत ना कढ़िए कि जेदे नाल जिहड़ा जिहड़े उनके फैनस हैं सपोर्टर्स हैं उन्हाते या ऑन जिहड़ी दूजी जनरेशन है जिहड़े उन्हां सपोर्ट नहीं भी करते उन्हाते कोई गलत प्रभाव पवे सो यह सी वीडियो तुसी दस्सिओ कि तां तुसी दोवां चों किस नूं किहड़े सिंगर नूं ज़्यादा पसंद करते हो तो क्यों करते हो सो मिलते हैं अगली वीडियो दे विच तद तक लई सत श्री अकाल